ਹਾਂਜੀ ਸਤਿ ਸ੍ਰੀ ਅਕਾਲ ਜੇਕਰ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਿਓ ਸਟਾਰਟ ਕਰਦੇ ਹਾਂ ਰੈਡੀ ਸਟਾਰਟ ਵਰਤਮਾਨ ਸਦੀ ਵਿੱਚ ਵਿਗਿਆਨ ਨੇ ਜੋ ਉਨਤੀ ਕੀਤੀ ਹੈ ਉਸ ਤੋਂ ਸਾਰੇ ਵਿਅਕਤੀ ਹੀ ਜਾਣੂ ਹਨ ਡੈਂਡੀ ਚੰਦ ਦੀ ਫਤਿਹ ਤੋਂ ਪਿੱਛੋਂ ਹੁਣ ਵਿਗਿਆਨੀਆਂ ਨੇ ਪਾਣੀ ਦੇ ਥੱਲੇ ਵਾਰੀ ਜਾਣਕਾਰੀ ਪ੍ਰਾਪਤ ਕਰਨ ਦਾ ਬੀੜਾ ਚੁੱਕਿਆ ਹੈ ਡੈਂਡੀ ਵਿਗਿਆਨੀਆਂ ਦਾ ਵਿਚਾਰ ਹੈ ਕਿ ਕੁਝ ਸਾਲਾਂ ਵਿੱਚ ਹੀ ਇਨਸਾਨ ਪਾਣੀ ਦੀ ਤੈ ਵਿੱਚ ਸ਼ਹਿਰ ਵਸਾ ਲਵੇਗਾ ਡੈਂਡੀ ਪੈਰਾ ਅਮਰੀਕਾ ਦੇ ਇੱਕ ਵਿਅਕਤੀ ਨੇ 129 ਆਦਮੀਆਂ ਸਮੇਤ ਇੱਕ ਵਿਸ਼ੇਸ਼ ਪਣ ਡੁੱਬੀ ਵਿਚ ਸਮੁੰਦਰ ਦੀ ਤੈਰ ਵਿੱਚ ਖੋਜ ਕੀਤੀ ਸੀ ਡਾਂਡੀ ਉਸ ਦਾ ਕਹਿਣਾ ਹੈ ਕਿ ਪਾਣੀ ਹੇਠ ਲੀਆਂ ਚੀਜ਼ਾਂ ਅਤੇ ਜਾਨਵਰਾਂ ਦੀਆਂ ਤਸਵੀਰਾਂ ਖਿੱਚਣ ਲਈ ਬਹੁਤ ਹੀ ਸ਼ਕਤੀਸ਼ਾਲੀ ਕੈਮਰੇ ਲੋੜੀ ਦੇ ਹਨ ਡਾਂਡੀ 1920 ਵਿੱਚ ਜੈਕ ਪਿਕਾਡ ਨਾਂ ਦੇ ਇੱਕ ਵਿਅਕਤੀ ਨੇ ਇੱਕ ਗੋਲ ਫੁਲਾਦੀ ਖੋਲ ਵਿੱਚ 10740 ਮੀਟਰ ਪਾਣੀ ਥੱਲੇ ਤੱਕ ਜਾ ਕੇ ਖੋਜ ਕੀਤੀ ਸੀ ਡਾਂਡੀ ਪੈਰਾ ਵਿਗਿਆਨੀਆਂ ਨੇ ਇਸ ਮੰਤਵ ਦੀ ਜਾਣਕਾਰੀ ਲਈ ਕਿ ਪਾਣੀ ਹੇਠ ਇਨਸਾਨ ਦਾ ਰਹਿਣਾ ਸੰਭਵ ਹੈ ਕਿ ਨਹੀਂ ਖੁਸ਼ਕੀ ਅਰਥਾਤ ਧਰਤੀ ਤੇ ਰਹਿਣ ਵਾਲੀ ਜਾਨਵਰਾਂ ਨੂੰ ਪਾਣੀ ਵਿੱਚ ਰੱਖਣ ਦੇ ਪ੍ਰਯੋਗ ਸ਼ੁਰੂ ਕਰ ਦਿੱਤੇ ਹਨ ਡਾਂਡੀ ਇਸ ਸੰਬੰਧ ਵਿੱਚ ਚੂਹਿਆਂ ਉੱਤੇ ਕੀਤਾ ਗਿਆ ਤਜਰਬਾ ਬਹੁਤ ਹੱਦ ਤੱਕ ਸਫਲ ਰਿਹਾ ਹੈ ਡਾਂਡੀ ਇੱਕ ਨੇ ਆਪਣੀ ਤਜਰਬਾਗਾਹ ਵਿੱਚ ਇੱਕ ਛੋਟੇ ਜਿਹੇ ਤਲਾਬ ਵਿੱਚ ਕੁਝ ਚੂਹੇ ਛੱਡੇ ਡਾਂਡੀ ਉਸ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਚੂਹਿਆਂ ਨੇ ਤਲਾਬ ਵਿੱਚੋਂ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਨਿਕਲਣ ਦੇ ਯਤਨ ਕੀਤੇ ਪਰ ਜਦੋਂ ਸਫਲਤਾ ਨਾ ਹੋਈ ਤਾਂ ਪਾਣੀ ਦੇ ਥੱਲੇ ਕੋਈ ਪਨਾਹਗਾ ਢੂੰਡਣ ਲੱਗ ਪਈ ਡੰਡੀ ਇਹ ਰੰਗ ਵੇਖ ਕੇ ਉਸ ਨੇ ਪਾਣੀ ਵਿੱਚ ਆਕਸੀਜਨ ਲਗਾਉਣੀ ਆਰੰਭੀ ਡੰਡੀ ਇਸ ਅਮਲ ਦਾ ਸਿੱਟਾ ਇਹ ਨਿਕਲਿਆ ਕਿ ਚੂਹਾ ਤਲਾਬ ਵਿੱਚ ਤਸੱਲੀ ਅਤੇ ਚੈਨ ਆਰਾਮ ਨਾਲ ਰਹਿਣ ਲੱਗ ਪਈ ਡਾਂਡੀ ਪੈਰਾ ਕੀਲਰ ਨੇ ਚੂਹਿਆਂ ਤੋਂ ਉਪਰੰਤ ਖੁਸ਼ਕੀ ਦੇ ਹੋਰ ਵੀ ਕਈ ਜਾਨਵਰਾਂ ਤੇ ਤਜਰਬੇ ਕੀਤੇ ਡਾਂਡੀ ਉਸ ਦਾ ਕਹਿਣਾ ਹੈ ਕਿ ਇਨ੍ਹਾਂ ਤਜਰਬਿਆਂ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਹੁਣ ਸਮਾਂ ਦੂਰ ਨਹੀਂ ਜਦੋਂ ਇਨਸਾਨ ਪਾਣੀ ਹੀਟ ਰਹਿਣ ਲੱਗ ਪਵੇਗਾ ਡੰਡੀ ਪੈਰਾ 1 ਹੋਰ ਸਕੀਮ ਤੇ ਅਮਲ ਆਰੰਭ ਹੋ ਚੁੱਕਾ ਹੈ ਜਿਸ ਅਨਸਾਰ ਪਾਣੀ ਹੀਟ ਲਈ ਬਸਤੀ ਵਿੱਚ 1990 ਤੱਕ ਧਰਤੀ ਤੋਂ ਹਜ਼ਾਰਾਂ ਬੰਦੇ ਜਾਣ ਲੱਗ ਪੈਣਗੀ ਡੰਡੀ ਪਾਣੀ ਹੀਟ ਇਹੋ ਜਿਹਾ ਸ਼ਹਿਰ ਹੋਵੇਗਾ ਜਿਸ ਉੱਪਰ ਮੋٹے ਸ਼ੀਸ਼ੇ ਦਾ ਖੌਲ ਹੋਵੇਗਾ ਡੰਡੀ ਵਿਗਿਆਨੀਆਂ ਅਨੁਸਾਰ ਪਾਣੀ ਥੱਲੇ ਸ਼ੀਸ਼ੇ ਦਾ ਖੌਲ ਫौलाਦ ਵਾਂਗ ਸਖਤ ਹੋ ਜਾਂਦਾ ਹੈ ਜਿਸ ਕਾਰਨ ਬੈਰੂਨੀ ਅਸਰ ਜਾਂ ਪਾਣੀ ਦੀਆਂ ਲਹਿਰਾਂ ਤੇ ਪਾਣੀ ਦੇ ਜਾਨਵਰਾਂ ਦੇ ਹਮਲੇ ਦਾ ਕੋਈ ਡਰ ਨਹੀਂ ਰਹਿੰਦਾ ਡਾਂਡੀ ਅਜਿਹੇ ਸ਼ਹਿਰ ਵਿੱਚ ਸੜਕਾਂ ਬਾਜ਼ਾਰ ਦੁਕਾਨਾਂ ਹੋਣ ਗਈਆਂ ਜਿੱਥੇ ਲੋਕੀ ਆਪਣੀ ਲੋੜ ਅਨੁਸਾਰ ਚੀਜ਼ਾਂ ਵਸਤਾਂ ਖਰੀਦ ਸਕਣਗੇ ਡਾਂਡੀ ਇਸ ਤੋਂ ਇਲਾਵਾ ਸਿਨੇਮਾ ਕਲੱਬ ਅਤੇ ਦੂਜੀਆਂ ਮਨੋਰੰਜਨ ਵਾਲੀਆਂ ਗੱਲਾਂ ਦਾ ਧਿਆਨ ਵੀ ਰੱਖਿਆ ਜਾਵੇਗਾ ਡੈਂਡੀ ਸਟਾਕ